ਮੇਰੀ ਕੁੜੀ ਦਾ ਮਤਲਬ ਗੈਂਗ ਰੇਪ ਹੋਇਆ। ਉਹ ਵੀਡੀਓ 'ਚ ਮੈਂ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਸੀ ਕਿ ਜੋ ਸੱਚੀਆਂ ਸੀ, ਪਤਾ ਨਹੀਂ ਹੈਗਾ ਹੁਣ ਕਿਹਨੂੰ ਸਹੀ ਲੱਗਿਆ ਕਿਹਨੂੰ ਨਹੀਂ ਸਹੀ ਲੱਗਿਆ, ਬਟ ਜੋ ਮੈਨੂੰ ਸਹੀ ਲੱਗਿਆ ਮੈਂ ਬੋਲਤਾ। ਅਤੇ ਮੈਨੂੰ ਕਿਸੇ ਨੇ ਧਮਕੀ ਦਿੱਤੀ ਆ, ਅਸੀਂ ਵੀ ਮੈਨੂੰ ਧਮਕੀ ਦਿੱਤੀ ਕਿ ਤੂੰ ਕੀ ਇਹ ਗੰਦ ਪਾਉਣ ਲੱਗੀ ਵੀ ਆ, ਕੀ ਇਹ ਮਤਲਬ। ਅਤੇ ਮੈਨੂੰ ਬੜਾ ਕਹਿ ਰਿਹਾ, ਕਹਿੰਦਾ ਜਿੱਥੇ ਤੂੰ ਬੈਠੀ ਆ ਉੱਥੇ ਤੋਂ ਤੈਨੂੰ ਅਸੀਂ ਚੱਕ ਲਿਆਵਾਂਗੇ। ਮੈਂ ਕਿਹਾ ਇਹ ਬੰਦਾ ਕੌਣ ਹੋ ਸਕਦਾ ਨਾ। ਅਤੇ ਮੈਨੂੰ ਧਮਕੀਆਂ ਦੇ ਰਿਹਾ ਉਹ ਕਿ ਜਿੱਥੇ ਹੈਗੀ ਤੂੰ ਉੱਥੇ ਤੋਂ ਤੈਨੂੰ ਚੱਕ ਕੇ ਲਿਆਵਾਂਗੇ। ਸੋ ਮੇਰਾ ਹਾਸਾ ਨਹੀਂ ਬੰਦ ਹੋ ਰਿਹਾ ਇਸ ਟਾਈਮ। ਉਹਨੇ ਮੈਨੂੰ ਕਿਹਾ, ਮੈਂ ਤਾਂ ਸਮਝ ਨਹੀਂ ਆਉਂਦੀ ਜੇ ਲੋਕਾਂ ਨੂੰ ਗਲਤ ਲੱਗ, ਜੇ ਆਪਾਂ ਗਲਤ ਸਾਈਡ ਜਾਂਦੇ ਹਾਂ ਤਾਂ ਲੋਕ ਕਹਿੰਦੇ ਆ ਕਿ ਕੁੜੀ ਗਲਤ ਬੋਲਦੀ ਆ, ਜੇ ਆਪਾਂ ਸਹੀ ਸਾਈਡ ਜਾਂਦੇ ਹਾਂ ਨਹੀਂ ਫਿਰ ਵੀ ਕੁੜੀ ਗਲਤ ਬੋਲਦੀ ਆ। ਇਹਦੇ 'ਚ ਗਲਤ ਔਰ ਸਹੀ ਦੀ ਕੀ ਗੱਲ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ। ਅਤੇ ਉਹਦੇ ਲਈ ਮੈਂ ਦੋ ਲਾਈਨਾਂ ਕਹੀਆਂ ਸੀ, ਕਾਫੀ ਲਾਈਨਾਂ, ਗੁੱਸੇ ਵਿੱਚ ਆ ਕੇ ਬੰਦਾ ਬਹੁਤ ਕੁਛ ਬੋਲ ਦਿੰਦਾ, ਬਟ ਜੋ ਵੀ ਕਿਹਾ ਸੀ ਮੈਂ ਗਲਤ ਨਹੀਂ ਕਿਹਾ ਸੀ, ਸਹੀ ਕਿਹਾ ਸੀ। ਅਤੇ ਸ਼ਰਮ ਹੈ ਹੀ ਨਹੀਂ ਲੋਕਾਂ ਨੂੰ, ਸਾਫ਼ ਜੀ ਗੱਲ ਹੈ, ਇਹਦੇ 'ਚ ਕੋਈ ਪਰਦਾ ਨਹੀਂ ਹੈਗਾ। ਅਤੇ ਉਹ ਬੰਦਾ ਮੈਨੂੰ ਡਰਾ ਰਿਹਾ, ਹਾਂ ਤੂੰ ਕੀ, ਤੂੰ ਪਬਲਿਕ ਸਿਟੀ ਲੈਣ ਵਾਸਤੇ। ਮੈਂ ਭਰਾਵਾ ਜੇ ਜਦੋਂ ਮੈਂ ਪਬਲਿਕ ਸਿਟੀ ਲੈਣੀ ਸੀ ਨਾ ਉਦੋਂ ਨਹੀਂ ਮੈਂ ਲਈ ਹੈਗੀ, ਹੁਣ ਕੀ ਲੈਣੀ ਹੈ। ਅਤੇ ਬਹੁਤ ਹਵਾ 'ਚ ਕਰ ਰਿਹਾ ਸੀ, ਪਤਾ ਨਹੀਂ ਕੌਣ ਸੀ। 2 ਮਿੰਟ ਰੁਕੋ, ਚਾਰਜ ਲਾ ਲੈਂਦਾ ਫੋਨ, ਕਿਉਂਕਿ ਜਿਮ ਤੋਂ ਆਈ ਹਾਂ ਤਾਂ ਕਰਕੇ ਬੈਟਰੀ ਵੀ ਲੋਅ। ਦੁਨੀਆ ਬਹੁਤ ਕੁਛ ਕਹਿੰਦੀ ਹੈ ਆਸ਼ੂ, ਦੁਨੀਆ ਕਹਿੰਦੀ ਬਹੁਤ ਕੁਛ ਆ, ਪਰ ਜਿਹਦੀ ਤੁਹਾਡੀ ਸਲੂਟ ਕਰਦਾ ਤੁਹਾਨੂੰ ਚੰਚਲ, ਥੈਂਕ ਯੂ ਚੰਚਲ ਜੀ, ਥੈਂਕ ਯੂ ਸੋ ਮੱਚ। ਮੈਨੂੰ ਕਾਫੀ ਬਹੁਤ ਜ਼ਿਆਦਾ ਮੈਸੇਜਸ ਵਟਸਐਪ 'ਤੇ, ਇੰਸਟਾਗ੍ਰਾਮ 'ਤੇ, ਆਈ ਮੀਨ ਮੈਸੈਂਜਰਸ 'ਤੇ ਬਹੁਤ ਕੁਛ। ਮੇਰੇ ਹੀ ਲਾਈਵ 'ਤੇ ਆ ਕੇ ਇੱਕ ਬੰਦੇ ਨੇ, ਜਦੋਂ ਮੈਂ ਉਸ ਦਿਨ ਲਾਈਵ ਹੋਈ ਸੀ ਅਸੀਫਾ ਬਾਰੇ, ਛੋਟੀ ਜਿਹੀ ਬੱਚੀ ਬਾਰੇ ਕਹਿ ਰਹੀ ਸੀ, ਅਤੇ ਉਹ ਬੰਦੇ ਨੇ ਪਤਾ ਕੀ ਕਿਹਾ ਸੀ, ਸ਼ਾਇਦ ਤੁਸੀਂ ਯੂਟਿਊਬ 'ਤੇ ਵੀ ਦੇਖਿਆ ਹੋਊਗਾ ਅਤੇ ਮੇਰੇ 'ਤੇ ਮਤਲਬ ਲਾਈਵ 'ਚ ਵੀ ਦੇਖਿਆ ਹੋਊਗਾ, ਕਿ ਕਹਿੰਦੇ ਤਾੜੀ ਇੱਕ ਹੱਥ ਨਾਲ ਤਾਂ ਵੱਜਦੇ ਨਹੀਂ ਲਾਈਵ 'ਚ। ਉਹਨੇ ਮੈਨੂੰ ਕਮੈਂਟ ਮਾਰਿਆ, ਮੈਨੂੰ ਪਹਿਲੇ ਸਮਝ ਨਹੀਂ ਲੱਗੀ ਹੈਗੀ ਉਹ ਕਹਿਣ ਦਾ ਕੀ ਮਤਲਬ ਉਹਦਾ ਨਾ, ਕਿ ਉਹ ਕਹਿ ਕੀ ਰਿਹਾ ਸੀ। ਫਿਰ ਮੈਂ ਬਾਅਦ ਵਿੱਚ ਸੋਚਿਆ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਦੋ ਹੱਥ ਨਾਲ ਨਹੀਂ ਵੱਜਦੀ ਹੈਗੀ, ਮਤਲਬ ਕੀ ਸੀ ਉਹਦਾ। ਮਤਲਬ ਉਹ ਲੜਕੀ ਦਾ ਰੇਪ ਹੋਇਆ, ਉਹਨੇ ਮੈਨੂੰ ਅੱਗੇ 'ਤੇ ਕਮੈਂਟ ਮਾਰਿਆ, ਹੁਣ ਤੁਸੀਂ ਦੱਸੋ ਇਹਦਾ ਆਨਸਰ ਦੱਸੋ ਹੁਣ ਤੁਸੀਂ। ਮੈਨੂੰ ਤਾਂ ਪਤਾ ਨਹੀਂ ਹੈਗਾ, ਬਟ ਉਹ ਬੰਦੇ ਨੇ ਕੀ ਸੋਚ ਕੇ ਕੁਸ਼ ਆਨਸਰ ਦਿੱਤਾ ਉਹ ਗੱਲ ਦਾ, ਕਿ ਹਾਂ ਤੁਸੀਂ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਹੋਏਗਾ ਕੋਈ ਮੋਦੀ ਦਾ ਚਮਚਾ, ਕਿਆ ਪਤਾ ਕਿਹਦਾ ਚਮਚਾ ਹੈ, ਮੈਨੂੰ ਵੀ ਨਹੀਂ ਪਤਾ ਹੈਗਾ। ਪਰ ਮੈਂ ਇਹ 'ਚ ਕਹਿੰਦੇ ਨਾ ਜਦੋਂ ਹਾਥੀ ਆਪਣੀ ਚਾਲ ਚੱਲਦਾ ਨਾ ਕੁੱਤੇ ਬਹੁਤ ਭੌਂਕਣੇ ਰਹਿੰਦੇ, ਤਾਂ ਕਰਕੇ ਮੈਂ ਕੁੱਤੇ ਬਿੱਲਿਆਂ ਨੂੰ ਜ਼ਿਆਦਾ ਮੂੰਹ ਨਹੀਂ ਲਾਉਂਦੀ ਹੈਗੀ। ਪਹਿਲਾਂ ਤਾਂ ਬਹੁਤ ਜਣਿਆਂ ਨੇ ਕਿਹਾ ਕਿ ਤੂੰ ਐਟੀਟਿਊਡ ਕਰਦੀ ਆ, ਐਟੀਟਿਊਡ ਦਾ ਮਤਲਬ ਕੀ ਹੁੰਦਾ ਉਹਨੂੰ ਪੁੱਛਣਾ ਸੀ ਮੈਂ, ਬਟ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦੀ। ਕਹਿੰਦੇ ਆਪਾਂ ਪਬਲਿਕ ਸਾਹਮਣੇ ਨਹੀਂ ਬੇਇੱਜ਼ਤੀ ਕਰਨੀ ਤਾਂ ਚੰਗਾ ਹੀ ਮੂੰਹ ਬੰਦ ਰੱਖਣਾ ਚਾਹੀਦਾ। ਸੋਚ ਬਦਲੋ ਯਾਰ, ਸੋਚ ਬਦਲੋ। ਚਲੋ ਮੰਨਿਆ ਕਿ ਉਹ ਖਬਰ ਪੁਰਾਣੀ ਹੈ ਕਿ ਨਵੀਂ ਹੈ, ਆਪਾਂ ਇਸ ਟੋਪਿਕ 'ਤੇ ਗੱਲ ਇਸ ਲਈ ਕਰਦੇ ਪਏ ਹਾਂ ਕਿਉਂਕਿ ਅੱਜ ਪੂਰਾ ਇੰਡੀਆ ਉਸ ਕੁੜੀ ਨਾਲ ਖੜ੍ਹਾ। ਅਤੇ ਆ ਜਿਹੜੇ ਨਾ ਵਿੱਚ ਲੈਂਡੂ ਆਉਂਦੇ ਮੈਸੇਜ ਕਰਨੇ ਵਾਲੇ ਕਾਫੀ ਹੁੰਦੇ ਆ, ਜਾਂ ਤਾਂ ਫਿਰ ਮੇਰੇ ਆ ਕੇ ਲਾਈਵ 'ਤੇ ਬੈਠੇ ਨਾ ਕਰੋ, ਜਾਂ ਫਿਰ ਆਪਣੀ ਸ਼ਕਲ ਦਿਖਾਏ ਨਾ ਕਰੋ ਸੁਬਹ ਸੁਬਹ। ਗੁਰਵੀਰ ਸੋਹਲ ਕੋਈ ਹੈਗਾ ਬਦਤਮੀਜ਼, ਕਹਿ ਰਿਹਾ ਤੂੰ ਤਾਂ ਬੇਲੀ ਆ, ਕਿਆ ਬਾਤ ਹੈ ਇਸ ਤਰ੍ਹਾਂ ਦੀ ਲੈਂਗੁਏਜ, ਬੇਲੀ ਆ, ਠੀਕ ਆ ਮੈਂ ਬੇਲੀ, ਤੂੰ ਬੇਲਾ ਨਹੀਂ, ਤੂੰ ਕੰਮ ਕਰ ਆਪਣਾ। ਮੈਂ ਵੇਖਦਾ ਨਹੀਂ, ਪਹਿਲੀ ਵਾਰ ਵੇਖਿਆ। ਗੁਰਵੀਰ ਸੋਹਲ ਜੀ, ਪਹਿਲਾਂ ਤਾਂ ਤਮੀਜ਼ ਨਾਲ ਗੱਲ ਕਰਨੀ ਸਿੱਖੋ, ਕਿ ਕਿਵੇਂ ਗੱਲ ਕਰਨੀ ਹੈ, ਕਿੱਥੇ ਬੋਲਣਾ ਕਿੱਥੇ ਨਹੀਂ। ਵੈਸੇ ਮੈਂ ਤੇਰੇ ਵਰਗੀ ਨੂੰ ਮੂੰਹ ਲਾਉਂਦੀ ਨਹੀਂ ਹੈਗੀ,
ਠੀਕ ਹੈ, ਪਰ ਜਿਵੇਂ ਜਿਵੇਂ ਦੀ ਤੂੰ ਲੈਂਗੁਏਜ ਲਿਖ ਰਿਹਾ ਨਾ, ਉਸ ਤਰ੍ਹਾਂ ਕੋਈ ਕੁੜੀ ਦੇ ਨਾਲ ਗੱਲ ਨਹੀਂ ਕਰ ਸਕਦੀ ਹੈਗੀ। ਠੀਕ ਹੈ, ਪਹਿਲਾਂ ਆਪਣੀ ਲੈਂਗੁਏਜ ਸਹੀ ਕਰੋ, ਫਿਰ ਮੇਰੇ ਨਾਲ ਗੱਲ ਕਰੇ, ਕਿਉਂਕਿ ਮੈਂ ਇਸ ਤਰ੍ਹਾਂ ਦੇ ਬੰਦੇ ਨਾਲ ਤਾਂ ਪਹਿਲੀ ਗੱਲ ਗੱਲ ਕਰਦੀ ਨਹੀਂ ਹੈਗੀ।